ਪਟਿਆਲਾ ਤੇ ਸ਼ੀਤਲਾ ਮਾਤਾ ਮੰਦਿਰ ਕੋਲ ਕੱਲ ਇੱਕ 45 ਸਾਲਾ ਆਦਮੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਭੁਪਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਕੱਲ ਦੁੱਧ ਲੈਣ ਗਿਆ ਤਾਂ ਕਰਫਿਊ ਨੂੰ ਤੋੜਨ ਦੇ ਦੋਸ਼ ਹੇਠ ਪੁਲਿਸ ਵਾਲਿਆਂ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਉਸਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਦੇ ਹੋਏ ਘਰ ਆ ਕੇ ਫਾਹਾ ਲੈ ਲਿਆ। ਮ੍ਰਿਤਕ ਦੀ ਪਤਨੀ ਅਤੇ ਬੇਟੀ ਨੇ ਜੋ ਕਿਹਾ ਸੁਣੋ। ਪੁਲਿਸ ਵਾਲਿਆਂ ਨੇ ਮਾਰਿਆ ਸੀ ਮੇਰੇ ਪਾਪਾ ਨੂੰ। ਕਿਉਂ? ਉਹ ਦੁੱਧ ਲੈ ਕੇ ਆ ਰਹੇ ਸੀਗੇ, ਸਾਨੂੰ ਮੇਰੇ ਪਾਪਾ ਨੂੰ ਇੰਨਾ ਮਾਰਿਆ ਉਹਨਾਂ ਨੇ, ਉਹਨਾਂ ਦੀ ਵਜ੍ਹਾ ਨਾਲ ਮੇਰੇ ਪਾਪਾ ਨੇ ਫਾਂਸੀ ਲਿੱਤੀ ਹੈ। ਦੁੱਧ ਕਿੱਥੋਂ ਲੈ ਕੇ ਆ ਰਹੇ ਸੀ? ਦੁਕਾਨ ਤੋਂ। ਕਿਹੜੀ ਜਗ੍ਹਾ ਤੂੰ ਲੈ ਕੇ ਆਈ ਸੀ? ਲੱਕੜ ਮੰਡੀ। ਲੱਕੜ ਮੰਡੀ ਬਾਹਰ ਜੀ ਦੁੱਧ ਲੈਣ ਗਏ ਸੀ। ਅੱਛਾ ਜੀ। ਦੁੱਧ ਲੈ ਕੇ ਆਇਆ, ਇਹਨਾਂ ਨੂੰ ਪੁੱਛਿਆ ਨੀ ਰਾਤੇ ਜੀ ਘਰ ਅੰਦਰ ਖਾਣੇ ਸ਼ੁਰੂ ਕਰਤੇ ਜੀ ਬੈਠਾ ਮੈਂ ਬਾਹਰ ਮਾਰ ਤੋਂ ਬਾਅਦ ਇਹਨਾਂ ਨੇ ਆਪਣਾ ਅੰਦਰੋਂ ਦੁਆਰਾ ਫੇਰ ਅੰਦਰ ਆ ਕੇ ਦੁਆਰਾ ਫੇਰ ਖਿੱਚਦੇ ਲੈ ਗਏ ਕੁੱਟਦੇ ਹੀ ਰਸਤੇ ਚੋਂ। ਕਾਰਨ ਨੀ ਦੱਸਿਆ ਕਿਉਂ ਕੁੱਟਿਆ ਇਹਨਾਂ ਨੇ? ਮੇਰੀ ਬੇਇੱਜ਼ਤੀ ਹੋ ਗਈ, ਮੈਂ ਇਸ ਕਰਕੇ ਫਾਹਾ ਦੇਣ ਲੱਗਾ। ਪੰਤਾਲੀ ਉਧਰ ਅੱਜ ਪਟਿਆਲਾ ਪੁਲਿਸ ਨੇ ਉਸ ਪੱਤਰ ਦੀ ਕਾਪੀ ਰਿਲੀਜ਼ ਕੀਤੀ ਜਿਸ ਵਿੱਚ ਮ੍ਰਿਤਕ ਤੇ ਪਤਨੀ ਸ਼ਰਨਜੀਤ ਕੌਰ ਨੇ ਕੱਲ ਸ਼ਿਕਾਇਤ ਕੀਤੀ ਸੀ ਕਿ ਮੇਰਾ ਪਤੀ ਸ਼ਰਾਬ ਪੀ ਕੇ ਮੈਨੂੰ ਅਤੇ ਬੱਚਿਆਂ ਨੂੰ ਤੰਗ ਕਰਦਾ ਹੈ, ਇਸ ਲਈ ਪੁਲਿਸ ਉਚਿਤ ਕਾਰਵਾਈ ਕਰੇ। ਇਸ ਕੇਸ ਬਾਰੇ ਪਟਿਆਲਾ ਦੇ SP ਸਿਟੀ ਵਰੁਣ ਸ਼ਰਮਾ ਨੇ ਦੱਸਿਆ। ਕੱਲ ਈਵਨਿੰਗ ਅਰਾਊਂਡ 7:30 ਵਜੇ SHO ਕੋਤਵਾਲੀ ਨੂੰ ਲੇਡੀ ਸ਼ਰਨਜੀਤ ਕੌਰ ਵਾਈਫ ਆਫ ਭੁਪਿੰਦਰ ਸਿੰਘ ਵੱਲੋਂ ਇੰਟੀਮੇਸ਼ਨ ਆਈ ਕਿ ਇਹਨਾਂ ਦੇ ਹਸਬੈਂਡ ਭੁਪਿੰਦਰ ਸਿੰਘ, ਜਿਨ੍ਹਾਂ ਦੀ ਉਮਰ 45 ਸਾਲ ਦੇ ਲਾਗੇ ਛਾਗੇ ਆ, ਸ਼ੀਤਲਾ ਮਾਤਾ ਮੰਦਿਰ ਪੁਲਿਸ ਸਟੇਸ਼ਨ ਕੋਤਵਾਲੀ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਆ ਅਤੇ ਡਰਾਈਵਰੀ ਦਾ ਕੰਮ ਕਰਦਾ ਆ ਅਤੇ ਕਾਫੀ ਦਿਨਾਂ ਦਾ ਘਰੇ ਸੀਗਾ। ਉਹ ਸ਼ਰਾਬ ਪੀ ਕੇ ਇਹਨਾਂ ਨੂੰ ਅਤੇ ਇਹਨਾਂ ਦੇ ਬੱਚਿਆਂ ਦੀ ਕਾਫੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ। ਜਦੋਂ ਸਾਨੂੰ ਇਹ ਇੰਟੀਮੇਸ਼ਨ ਆਈ ਤਾਂ SHO ਨੇ ਨਾਲ ਦੇ ਨਾਲ ਹੀ ਡਿਊਟੀ ਅਫਸਰ ਨੂੰ ਮੌਕੇ 'ਤੇ ਭੇਜਿਆ। ਜਦੋਂ ਡਿਊਟੀ ਅਫਸਰ ਮੌਕੇ 'ਤੇ ਪਹੁੰਚੇ, ਉਹਨਾਂ ਨੇ ਵੇਖਿਆ ਕਿ ਕਾਫੀ ਤਮਾਸ਼ਬੀਨ ਇਸ ਪਰਿਵਾਰਕ ਲੜਾਈ ਨੂੰ ਉੱਥੇ ਐਜ਼ ਆ ਤਮਾਸ਼ਾ ਵੇਖ ਕੇ ਕਾਫੀ ਆਪਣੇ ਘਰਾਂ ਤੋਂ ਬਾਹਰ 15-20-25 ਜਾਣੇ ਇਕੱਠੇ ਹੋ ਕੇ ਉੱਥੇ ਤਮਾਸ਼ਾ ਵੇਖ ਰਹੇ ਸੀ ਇਹਨਾਂ ਦੀ ਲੜਾਈ ਦਾ। ਉੱਥੇ ਪੁਲਿਸ ਪਾਰਟੀ ਨੇ, ਡਿਊਟੀ ਅਫਸਰ ਨੇ ਬਹੁਤ ਹੀ ਵਧੀਆ ਅਤੇ ਸਖਤਾਈ ਨਾਲ ਕਰਫਿਊ ਇਨਫੋਰਸ ਕਰਦੇ ਹੋਏ, ਕਿਉਂਕਿ ਕੋਰੋਨਾ ਵਾਇਰਸ ਦੀ ਇਹ ਮਹਾਂਮਾਰੀ ਫੈਲੀ ਹੋਈ ਆ, ਇੱਕ ਦੂਜੇ ਦਾ ਨੁਕਸਾਨ ਨਾ ਹੋਵੇ, ਉਹਨਾਂ ਨੇ ਸਾਰਿਆਂ ਨੂੰ ਆਪੋ ਆਪਦੇ ਘਰਾਂ 'ਚ ਪ੍ਰੋਪਰਲੀ ਕਰਫਿਊ ਇਨਫੋਰਸ ਕਰਕੇ ਵਾੜਿਆ ਅਤੇ ਲੇਡੀ ਨੂੰ ਦੱਸਿਆ ਕਿ ਪੁਲਿਸ ਸਟੇਸ਼ਨ ਆ ਕੇ ਆਪਣੀ ਜਿਹੜੀ ਹੈਗੀ ਆ ਤੁਸੀਂ ਪ੍ਰੋਪਰ ਕੰਪਲੇਂਟ ਸਬਮਿਟ ਕਰੋ। ਉਹਦੇ ਬਾਅਦ ਲੇਡੀ ਨੇ ਆ ਕੇ ਪੁਲਿਸ ਸਟੇਸ਼ਨ 'ਚ ਪ੍ਰੋਪਰ ਆਪਣੀ ਜਿਹੜੀ ਇਹ ਕੰਪਲੇਂਟ, ਉਹਨਾਂ ਨੇ ਜੋ ਵੀ ਇਹਦਾ ਮਜ਼ਮੂਨ ਸੀ ਉਹ ਦੱਸਿਆ। ਕੰਪਲੇਂਟ ਸਬਮਿਟ ਕਰਕੇ ਲੇਡੀ ਆਪਣੇ ਘਰ ਵਾਪਸ ਚਲੇ ਗਏ। ਅਰਾਊਂਡ 8:30 ਵਜੇ ਪੁਲਿਸ ਸਟੇਸ਼ਨ 'ਚ ਦੁਬਾਰਾ ਇਨਫੋਰਮੇਸ਼ਨ ਆਈ ਮੁਹੱਲੇ ਵਾਸੀਆਂ ਵੱਲੋਂ ਕਿ ਭੁਪਿੰਦਰ ਸਿੰਘ ਨੇ ਫਾਹਾ ਲੈ ਕੇ ਜਿਹੜੀ ਆ ਸੁਸਾਈਡ ਕਰ ਲਈ ਹੈਗੀ ਆ। ਨਾਲ ਦੇ ਨਾਲ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਉਹਦੀ ਬੋਡੀ ਨੂੰ ਮੋਰਚਰੀ ਸ਼ਿਫਟ ਕਰਾਇਆ। ਉਸ ਤੋਂ ਬਾਅਦ ਇੱਕ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਜਿਹਦੇ 'ਚ ਲੇਡੀ ਸ਼ਰਨਜੀਤ ਕੌਰ ਐਲੀਗੇਸ਼ਨ ਲਾ ਰਹੀ ਹੈ ਅਤੇ ਉਹਦੀ ਬੇਟੀ ਵੀ ਕਿ ਉਹ ਦੁੱਧ ਲੈਣ ਉਹਦਾ ਹਸਬੈਂਡ ਬਾਹਰ ਗਿਆ ਸੀ ਅਤੇ ਪੁਲਿਸ ਨੇ ਕੁੱਟਮਾਰ ਕੀਤੀ ਅਤੇ ਇਸ ਡਿਪਰੈਸ਼ਨ 'ਚ ਆ ਕੇ ਉਹਨੇ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ, ਸੁਸਾਈਡ ਕੀਤੀ ਹੈ। ਇਹ ਬਿਲਕੁਲ ਹੀ ਫਾਲਸ ਐਂਡ ਬੇਸਲੈਸ ਐਲੀਗੇਸ਼ਨ ਹੈਗੇ ਆ। ਮੇਰੀ ਸਾਰੇ ਸਿਟੀਜ਼ਨਸ ਨੂੰ ਪਟਿਆਲਾ ਪੁਲਿਸ ਟੀਮ, ਪਟਿਆਲਾ ਪੁਲਿਸ ਵੱਲੋਂ ਅਪੀਲ ਹੈਗੀ ਆ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਮਹਾਂਮਾਰੀ ਨਾਲ ਲੜ ਰਹੇ ਹੈਗੇ ਹਾਂ ਅਤੇ ਪਰਿਵਾਰਕ ਸੰਯਮ ਅਤੇ ਪੇਸ਼ੈਂਸ ਆਪਣੀ ਬਰਕਰਾਰ ਰੱਖਦੇ ਹੋਏ ਆਪੋ ਆਪਦੇ ਘਰਾਂ 'ਚ ਰਹਿ ਕੇ ਆਪਣੀ ਅਤੇ ਸਮਾਜ ਦੀ ਬਿਹਤਰੀ ਲਈ ਆਪਾਂ ਇਹ ਕਰੀਏ ਤਾਂ ਕਿ ਅਸੀਂ ਜਲਦ ਤੋਂ ਜਲਦ ਇਸ ਮਹਾਂਮਾਰੀ ਤੋਂ ਆਪਾਂ ਬਾਹਰ ਨਿਕਲ ਕੇ ਆਪਣਾ ਨੋਰਮਲ ਜ਼ਿੰਦਗੀ ਗੁਜ਼ਾਰੀਏ।
ਕਰੀ। ਅੱਜ ਕੱਲ੍ਹ ਜਦੋਂ ਲੋਕਡਾਊਨ ਕਾਰਨ ਸਾਰੇ ਆਪੋ ਆਪਣੇ ਘਰਾਂ ਵਿੱਚ ਕੈਦ ਹਨ ਤਾਂ ਪਰਿਵਾਰਕ ਸੰਬੰਧਾਂ ਵਿੱਚ ਤਣਾਅ ਦੀ ਸਥਿਤੀ ਮਾੜੀ ਹੈ। ਸਾਨੂੰ ਸਭ ਨੂੰ ਇਹ ਸਮਝਦੇ ਹੋਏ ਪਿਆਰ ਅਤੇ ਆਪਸੀ ਸੰਬੰਧਾਂ ਨੂੰ ਮਿੱਠਾ ਬਣਾ ਕੇ ਰਹਿਣ ਦੀ ਲੋੜ ਹੈ ਕਿ ਇਹ ਸਮਾਂ ਗੁਜ਼ਰ ਜਾਏ। If you like our channel, please subscribe and to get notifications about news, please click the bell icon.